ਕੀ ਗੱਲ ਹੋਈ ਹੈ ਜੀ? ਉਹ ਯਾਰ ਪਿੱਛੋਂ ਗਲਤੀ ਨਾਲ ਹੌਰਨ ਮਾਰਦਾ ਦਾਰੂ ਪੀਤੀ ਹੈ ਸਾਰਿਆਂ ਨੇ ਆ ਗੱਡੀ ਵਿੱਚ ਮਾਰੀ। ਅੱਛਾ ਜੀ, ਇਹਨਾਂ ਨੂੰ ਕੌਣ ਮੁਲਾਜ਼ਮ ਬਣਾਉਂਦਾ ਇਹਨੂੰ ਦੇਖਦਾ, ਜੇ ਮੈਂ ਐਸ ਐਚ ਓ ਆ ਸਾਡੇ ਨਾਲ ਮਿਲ ਜਾਊਗਾ ਸਾਰਿਆਂ ਨੂੰ ਦੱਬ ਦੇਣਾ। ਆ ਦੇਖ ਆ ਸਾਰਿਆਂ ਨੇ ਦਾਰੂ ਪੀਤੀ ਹੋਈ ਆ ਭਾਈ। ਕੀ ਹੋ ਗਿਆ ਗੱਡੀ ਪਿੱਛੋਂ ਮਾਰੀ? ਪਿੱਛੋਂ ਹੌਰਨ ਮਾਰਦੇ ਆਉਂਦੇ ਆ ਪਾਗਲਾ ਵਾਂਗ। ਸ਼ਰਾਬੀ ਪੁਲਿਸ ਵਾਲਿਆਂ ਨੇ ਠੋਕਤੀ ਕੈਦੀਆਂ ਦੇ ਨਾਲ ਭਰੀ ਹੋਈ ਬੱਸ। ਕਾਰ ਵਾਲੇ ਨੇ ਇਲਜ਼ਾਮ ਲਗਾਏ ਨੇ ਕਿ ਕੈਮਰਾ ਦੇਖ ਕੇ ਇਹ ਪੁਲਿਸ ਵਾਲੇ 9-2-11 ਹੋ ਗਏ। ਤਾਂ ਦੱਸ ਦਈਏ ਕਿ ਪੇਸ਼ੀ ਭੁਗਤ ਕੇ ਵਾਪਸ ਆ ਰਹੀ ਕੈਦੀਆਂ ਦੇ ਨਾਲ ਭਰੀ ਹੋਈ ਬੱਸ ਜਿਹੜੀ ਕਿ ਇੱਕ ਕਾਰ ਦੇ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਸੜਕ 'ਤੇ ਹੰਗਾਮਾ ਹੁੰਦਾ ਹੈ। ਫਿਰ ਇੱਕ ਪੁਲਿਸ ਵਾਲਾ ਆਉਂਦਾ ਹੈ, ਉਹ ਮਾਮਲੇ ਨੂੰ ਰਫਾ ਦਫਾ ਕਰਨ ਦੀ ਗੱਲ ਆਖਦਾ ਹੈ। ਦੇਖਦੇ ਹੀ ਦੇਖਦੇ ਬੱਸ ਚਾਲਕ ਜੋ ਕਿ ਪੁਲਿਸ ਮੁਲਾਜ਼ਮ ਹੈ ਉਹ ਬਹਿਸਬਾਜ਼ੀ ਕਰਦੇ ਹੋਏ ਫਰਾਰ ਹੋ ਜਾਂਦਾ ਹੈ ਅਤੇ ਬੱਸ ਵੀ ਉਹ ਆਪਣੇ ਨਾਲ ਲੈ ਗਿਆ। ਤਾਂ ਦੱਸ ਦਈਏ ਕਿ ਇਸ ਬੱਸ ਦੇ ਵਿੱਚ ਕੁਝ ਕੈਦੀ ਸਵਾਰ ਸਨ ਜੋ ਕਿ ਪੇਸ਼ੀ ਤੋਂ ਵਾਪਸ ਮੁੜ ਰਹੇ ਸੀ। ਤਾਂ ਕਾਰ ਵਾਲੇ ਨੇ ਇਲਜ਼ਾਮ ਲਗਾਏ ਨੇ ਕਿ ਇਹਨਾਂ ਪੁਲਿਸ ਵਾਲਿਆਂ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ। ਪੂਰੇ ਸ਼ਰਾਬ ਦੇ ਨਸ਼ੇ 'ਚ ਟੁੰਨ ਸਨ ਇਹ ਪੁਲਿਸ ਕਰਮੀ, ਜਿਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ, ਤੋਰ ਦੇਖ ਸਕਦੇ ਹੋ ਇਹਨਾਂ ਦੀ। ਮੌਕੇ 'ਤੇ ਕਾਫੀ ਹੰਗਾਮਾ ਹੋਇਆ, ਭੀੜ ਇਕੱਠੀ ਹੋਈ। ਆਓ ਪੁਲਿਸ ਵਾਲੇ ਤੋਂ ਅਤੇ ਉਸ ਕਾਰ ਚਾਲਕ ਤੋਂ ਜਿਸ ਦੀ ਕਾਰ ਦੇ ਵਿੱਚ ਬੱਸ ਠੋਕੀ ਗਈ, ਜਾਣਦੇ ਆ ਕਿ ਆਖਿਰਕਾਰ ਮਾਮਲਾ ਕੀ ਹੋਇਆ ਅਤੇ ਕਿਹੜੇ ਇਲਜ਼ਾਮ ਉਹ ਕਾਰ ਚਾਲਕ ਇਹਨਾਂ ਪੁਲਿਸ ਵਾਲਿਆਂ 'ਤੇ ਲਗਾ ਰਿਹਾ ਹੈ ਅਤੇ ਇਲਜ਼ਾਮ ਲੱਗਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਕੀ ਕਿਹਾ ਉਹ ਵੀ ਦੇਖ। ਵੀਰੇ ਅਸੀਂ ਤਾਂ ਆਪਣੇ ਕੰਮ ਤੋਂ ਆ ਰਹੇ ਹਾਂ, ਲੱਕੜ ਦਾ ਕੰਮ ਕਰਦੇ ਹਾਂ, ਸੋਫਿਆਂ ਦਾ, ਕੋਠੀਆਂ ਦੇ ਵਿੱਚ ਸਾਡਾ ਕੰਮ ਚੱਲਦਾ। ਆਪਣੇ ਕੰਮ ਤੋਂ ਆ ਰਿਹਾ, ਇੱਧਰ ਪਿੱਛੋਂ ਦੀ ਇੰਨੀ ਤੇਜ਼ ਹੌਰਨ ਮਾਰ ਕੇ ਲੈ ਕੇ ਆ ਰਿਹਾ। ਨਹੀਂ ਹੁਣ ਕੀ ਨੁਕਸਾਨ ਹੋਇਆ ਤੁਹਾਡਾ? ਮੇਰੀ ਸਾਰੀ ਗੱਡੀ ਪਿੱਛੋਂ ਸਾਰੀ ਭੰਨ ਦਿੱਤੀ ਉਹਨਾਂ ਨੇ। ਅੱਛਾ ਜੀ, ਅਤੇ ਹੁਣ ਜਦੋਂ ਤੁਸੀਂ ਵਿਰੋਧ ਕੀਤਾ ਵੀ ਆ, ਤੁਸੀਂ ਭੱਜ ਗਏ ਗੱਡੀ ਲੈ ਕੇ, ਇੱਕ ਪਿੱਛੇ ਪਿੱਛੇ ਤੁਹਾਡੇ ਸਾਹਮਣੇ, ਹੁਣ ਭੱਜਿਆ ਇੱਕ ਪਹਿਲਾਂ ਬੱਸ ਚਲਾ ਕੇ ਭੱਜ ਗਿਆ ਕਿ ਅਸੀਂ ਪੁਲਿਸ ਵਾਲੇ ਹਾਂ, ਅਸੀਂ ਇਹ ਕਰਦਾਂਗੇ, ਉਹ ਕਰਦਾਂਗੇ, ਧਮਕੀਆਂ ਦਿੰਦੇ ਹੋ। ਮੰਗ ਕੀ ਤੁਹਾਡੇ ਸਾਹਮਣੇ ਹੀ ਹੈ ਜੀ, ਕਿਸੇ ਨੇ ਕੁਛ ਨਹੀਂ ਕਰਨਾ, ਸਾਰੇ ਸਾਰੇ ਰਲੇ ਮਿਲੇ ਆ, ਸਾਰੀ ਗੌਰਮੈਂਟ, ਸਾਰੇ ਪੁਲਿਸ ਵਾਲੇ ਸਭ ਤੁਹਾਡੇ ਸਾਹਮਣੇ ਭੱਜਿਆ ਇੱਕ, ਮਗਰ ਇੱਕ ਹੋਰ ਗੱਡੀ ਆ ਗਈ ਕਿਸੇ ਹੋਰ ਨੂੰ ਮਾਰ ਦੇਣਗੇ। ਪੇਸ਼ੀ ਤੋਂ ਆਏ ਜੀ, ਪੇਸ਼ੀ ਤੋਂ ਆਇਆ ਪੇਸ਼ੀ, ਗੱਡੀ ਜਿਹੜੀ ਗੱਡੀ ਦੇ ਵਿੱਚ ਮਾਰਦੀ ਆ ਤੁਹਾਡੀ ਗੱਡੀ ਨੇ, ਤੇ ਡਰਾਈਵਰ ਨੇ ਇਹਨਾਂ ਦੇ ਦਾਰੂ ਪੀਤੀ ਹੋਈ ਇਹਨਾਂ ਦੇ। ਨਹੀਂ ਨਹੀਂ ਜੀ, ਉਹ ਨਾਮ ਛਕਿਆ ਕਤਰਾ ਪਾ, ਇਲਜ਼ਾਮ ਲਗਾਇਆ ਜਾ ਰਿਹਾ। ਨਹੀਂ ਨਹੀਂ ਨਹੀਂ, ਉਹ ਤਾਂ ਕੋਈ ਨਹੀਂ ਭਾਜੀ, ਉਹਨਾਂ ਨਾਲ ਬੰਦੇ ਨਾਮ ਛਕਿਆ ਇਹਨੇ ਦਾਰੂ ਪੀਤੀ ਹੋਈ ਹੈ ਜੀ ਸਾਰੇ ਨੇ। ਨਹੀਂ ਬਾਬਾ ਜੀ, ਉਹਨੂੰ ਕਤਰਾ ਉਹਨੂੰ ਬੁਲਾਓ, ਦੁਬਾਰਾ ਫੇਰ ਗੱਡੀ ਵਿੱਚ ਮਾਰ ਕੇ ਜਾ ਰਿਹਾ ਸੀ ਉਹ। ਤੁਸੀਂ ਬੁਲਾ ਜਾਓ, ਤੁਹਾਡੀ ਤੇ ਸਾਰੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੈ, ਤੁਸੀਂ ਗੱਡੀਆਂ ਭਰਨੋ ਤੇ ਲੋਕਾਂ ਦੀਆਂ ਕਿੱਥੇ ਜਾਣਗੇ? ਕਹਿ ਰਿਹਾ ਉਹਨੂੰ ਪੇਸ਼ੀ ਤੋਂ ਵਾਪਸ ਆਣਾ, ਬਸ ਰਾਤ ਨੂੰ ਕਿਹੜੀ ਪੇਸ਼ੀ ਹੈ ਸਰ? ਨਹੀਂ ਹੁਣ ਤੱਕ ਚੜੀ ਹੋਈ, ਫਿਰ ਉਹੀ ਕਹਿ ਰਿਹਾ ਤੁਸੀਂ ਬਾਕੀ ਕੈਦੀਆਂ ਨੂੰ ਲੈ ਕੇ ਆ ਜਾ, ਅਸੀਂ ਵੀ ਕੋਈ ਗਲਤ ਕੰਮ ਕਰੀਏ? ਨਹੀਂ ਨਹੀਂ ਨਹੀਂ, ਆਪਾਂ ਤਾਂ ਸੁਣ ਗਏ ਸੀ, ਗਲਤ ਗੱਲ ਆ ਇਹ ਭਾਈ ਜੀ, ਮਾਮਲਾ ਕੀ ਹੈ? ਉਹ ਧਮਕੀਆਂ ਦੇ ਰਿਹਾ, ਮੈਂ ਇਹ ਕਰ ਦੂੰ, ਮੈਂ ਕਰ ਦੂੰ। ਭਾਈ ਜੀ ਮਾਮਲਾ ਕੀ ਹੋਇਆ ਦੱਸੋਗੇ? ਬੜੇ ਪਿੱਛੋਂ ਵੀਰੇ ਗਲਤੀ ਨਾਲ ਹੌਰਨ ਮਾਰਦਾ ਆ ਰਿਹਾ, ਪਿੱਛੋਂ ਦੀ ਪੂਰੀ ਸਪੀਡ ਦੇ ਨਾਲ, ਜਦੋਂ ਗੱਡੀ ਤੇ ਸਾਈਡ ਤੇ ਕੀਤੀ ਵਿੱਚ ਲਿਆ ਕੇ ਮਾਰੀ ਆ ਕਿ ਸਾਡੇ ਕੋਲ ਕੈਦੀ ਆ, ਦਾਰੂ ਪੀਤੀ ਆ, ਭਜਾ ਕੇ ਲੈ ਗਿਆ ਗੱਡੀ। ਅੱਛਾ ਜੀ, ਆਹ ਗਲਤੀ ਹੈ, ਬਾਰ ਬਾਰ ਵਿੱਚ ਫੇਰ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਗੱਡੀ, ਫੇਰ ਦੁਬਾਰਾ ਵਿੱਚ ਮਾਰਨ ਲੱਗਿਆ। ਕੀ ਕਹਿਣਾ ਚਾਹੋਗੇ ਫਿਰ? ਦਾਰੂ ਪੀ ਕੇ ਇਹਨਾਂ ਨੇ ਕੀ ਕਿਸੇ ਨੇ ਕਾਨੂੰਨ ਰੋਕਣਾ? ਦੇਖੋ ਦਾਰੂ ਪੀ ਕੇ ਉਹ ਭੱਜਿਆ ਜਾ ਰਿਹਾ।